ਥਾਣਾ ਸਦਰ ਲੁਧਿਆਣਾ ਵਿਖੇ ਦਰਜ ਹੋਏ ਮੁਕੱਦਮਾ ਨੰਬਰ 150 ਦੀ ਗੁੱਥੀ ਸੁਲਝੀ। ਕਮਿਸ਼ਨਰ ਪੁਲਿਸ ਸ਼੍ਰੀ ਰਕੇਸ਼ ਅਗਰਵਾਲ ਨੇ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਕਿ 13 ਅਗਸਤ 2019 ਨੂੰ ਆਪਣੇ ਸਾਥੀਆਂ ਨਾਲ ਮਿਲ ਕੇ ਪੁਸ਼ਪਿੰਦਰ ਕੌਰ ਵੱਲੋਂ ਆਪਣੇ ਪਤੀ ਹਰਵਿੰਦਰਪਾਲ ਸਿੰਘ ਸੇਖੋਂ ਦਾ ਕਤਲ ਕਰਨ ਉਪਰੰਤ ਬੜੀ ਚਲਾਕੀ ਨਾਲ ਸੰਸਕਾਰ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਮ੍ਰਿਤਕ ਹਰਵਿੰਦਰਪਾਲ ਸਿੰਘ ਦੀ ਮਾਤਾ ਨਸੀਬ ਕੌਰ ਵੱਲੋਂ ਇੱਕ ਦਰਖਾਸਤ ਪੁਲਿਸ ਕਮਿਸ਼ਨਰ ਅੱਗੇ ਪੇਸ਼ ਹੋ ਕੇ 4 ਸਤੰਬਰ 2019 ਨੂੰ ਦਿੱਤੀ ਗਈ, ਜਿਸ ਅਧੀਨ ਮੁਕੱਦਮਾ ਨੰਬਰ 150 ਦਰਜ ਹੋਇਆ। ਇਨਵੈਸਟੀਗੇਸ਼ਨ ਟੀਮ ਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਦੱਸਿਆ ਕਿ GPL ਨਾਮ ਦੀ ਅਕੈਡਮੀ ਚਲਾਉਂਦੀ ਮ੍ਰਿਤਕ ਦੀ ਪਤਨੀ ਦੇ ਉੱਥੇ ਹੀ ਪੜ੍ਹਾਈ ਕਰਨ ਆਉਂਦੇ ਜਸਪ੍ਰੀਤ ਸਿੰਘ ਉਰਫ ਜਸ ਨਾਲ ਨਜਾਇਜ਼ ਸਬੰਧ ਸਨ, ਜਿਨ੍ਹਾਂ ਬਾਰੇ ਹਰਵਿੰਦਰਪਾਲ ਸਿੰਘ ਨੂੰ ਪਤਾ ਲੱਗਣ ਕਰਕੇ ਘਰ ਵਿੱਚ ਲੜਾਈ ਝਗੜਾ ਰਹਿੰਦਾ ਸੀ। ਹਰਵਿੰਦਰਪਾਲ ਸਿੰਘ ਨੂੰ ਪ੍ਰੇਮ ਸੰਬੰਧਾਂ ਵਿੱਚ ਰੋੜਾ ਸਮਝਣ ਕਰਕੇ ਪੁਸ਼ਪਿੰਦਰ ਕੌਰ ਨੇ ਹਰਵਿੰਦਰਪਾਲ ਸਿੰਘ ਨੂੰ ਮੌਤ ਦੇ ਘਾਟ ਉਤਾਰਨ ਦੀ ਬਿਉਂਤ ਬਣਾਈ ਅਤੇ ਆਪਣੇ ਪ੍ਰੇਮੀ ਜਸਪ੍ਰੀਤ ਸਿੰਘ ਜਸ ਅਤੇ ਉਸਦੇ ਸਾਥੀ ਰਕੇਸ਼ ਕੁਮਾਰ ਉਰਫ ਜਿੰਦਲ ਜੌਨੀ ਨਾਲ ਮਿਲ ਕੇ 13 ਅਗਸਤ 2019 ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹੁਣ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 13-14 ਅਗਸਤ ਦੀ ਰਾਤ ਨੂੰ ਲੁਧਿਆਣੇ ਦੇ ਵਿੱਚ ਇੱਕ ਹਰਵਿੰਦਰਪਾਲ ਸਿੰਘ ਨਾਂ ਦੇ ਬੰਦੇ ਦਾ ਮਰਡਰ ਹੋ ਗਿਆ ਸੀ, ਲੇਕਿਨ ਇਸਦੀ ਇਹਨਾਂ ਨੇ ਪੁਲਿਸ ਨੂੰ ਇਤਲਾਹ ਨਹੀਂ ਦਿੱਤੀ ਹੈ। ਅਗਲੇ ਦਿਨ ਇਹਦੀ ਪਤਨੀ ਵੱਲੋਂ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਇਹਦਾ ਸੰਸਕਾਰ ਕਰ ਦਿੱਤਾ ਅਤੇ ਉਸ ਤੋਂ 20 ਦਿਨ ਬਾਅਦ ਇਹਦੀ ਮਰਨ ਵਾਲੇ ਦੀ ਮਦਰ ਨਸੀਬ ਕੌਰ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ ਕਿ ਜੋ ਉਹਦੇ ਬੇਟੇ ਦੀ ਮੌਤ ਹੋਈ ਹੈ ਉਹ ਕੁਦਰਤੀ ਮੌਤ ਨਹੀਂ ਹੈ, ਬਲਕਿ ਉਸਨੂੰ ਸ਼ੱਕ ਹੈ ਕਿ ਉਹਦੀ ਜਿਹੜੀ ਮਰਨ ਵਾਲੇ ਦੀ ਵਾਈਫ ਹੈ ਪੁਸ਼ਪਿੰਦਰ ਕੌਰ, ਉਹਦੇ ਵੱਲੋਂ ਬੇਟੇ ਦਾ ਮਰਡਰ ਕੀਤਾ ਗਿਆ, ਜਿਸ ਬੇਸ 'ਤੇ ਅਸੀਂ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਐਂਡ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਇਸ ਮਰਡਰ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਇਹ ਮਰਨ ਵਾਲਾ ਹਰਵਿੰਦਰਪਾਲ ਸਿੰਘ, ਇਹਦੀ ਜਿਹੜੀ ਵਾਈਫ ਹੈ ਪੁਸ਼ਪਿੰਦਰ ਕੌਰ, ਇਹ ਇੱਕ ਕੋਚਿੰਗ ਸੈਂਟਰ GPL ਅਕੈਡਮੀ ਨਾਂ ਦਾ ਕੋਚਿੰਗ ਸੈਂਟਰ ਚਲਾਉਂਦੀ ਹੈ, ਜਿੱਥੇ ਕਿ ਇਹਦੀ ਫਰੈਂਡਸ਼ਿਪ ਉੱਥੇ ਇੱਕ ਸਟੂਡੈਂਟ ਸੀ ਉਹਦੇ ਨਾਲ ਹੋ ਗਈ, ਜਸਪ੍ਰੀਤ ਨਾਲ ਹੋ ਗਈ ਐਂਡ ਇਹਨਾਂ ਦੋਨਾਂ ਦੇ ਆਪਸ ਦੇ ਵਿੱਚ ਗਲਤ ਸੰਬੰਧ ਬਣ ਗਏ ਅਤੇ ਜਦੋਂ ਮਰਨ ਵਾਲੇ ਨੂੰ ਇਹਨਾਂ ਦੇ ਸੰਬੰਧਾਂ ਦਾ ਪਤਾ ਲੱਗਿਆ ਤਾਂ ਉਹ ਰੋਕਦਾ ਸੀ ਅਤੇ ਨਾਲ ਹੀ ਆਪਣੀ ਵਾਈਫ ਨੂੰ ਮਾਰਦਾ ਕੁੱਟਦਾ ਵੀ ਸੀ ਅਤੇ ਇਹ ਧਮਕੀ ਦੇ ਰਿਹਾ ਸੀ ਕਿ ਮੈਂ ਤੁਹਾਨੂੰ ਦੋਨਾਂ ਨੂੰ ਮਾਰ ਦੇਣਾ ਹੈ ਅਤੇ ਉਸ ਤੋਂ ਪਿੱਛਾ ਛੁਡਾਉਣ ਲਈ ਇਹਨਾਂ ਦੋਵਾਂ ਨੇ ਆਪਣੇ ਇੱਕ ਕੰਟਰੈਕਟ ਕਿਲਰ ਰਾਜੇਸ਼ ਉਰਫ ਜਿੰਦਲ ਨੂੰ ਹਾਇਰ ਕੀਤਾ ਐਂਡ 3 ਲੱਖ ਰੁਪਏ ਦੇ ਵਿੱਚ ਇਹਨਾਂ ਦਾ ਸੌਦਾ ਹੋਇਆ ਕਿ ਉਹਨੂੰ ਮਾਰ ਦੇਗੇ ਅਤੇ ਉਸ ਤੋਂ ਬਾਅਦ ਇਹਨਾਂ ਤਿੰਨੋਂ ਨੇ ਮਿਲ ਕੇ ਪਹਿਲਾਂ ਮਰਨ ਵਾਲੇ ਨੂੰ ਨਸ਼ੀਲੀ ਗੋਲੀਆਂ ਦਿੱਤੀਆਂ, ਜਦੋਂ ਉਹ ਬੇਹੋਸ਼ ਹੋ ਗਿਆ ਇਹਨਾਂ ਨੇ ਬਰਫ਼ ਵਾਲਾ ਸੂਆ ਮਾਰ ਕੇ ਅਤੇ ਉਹਦਾ ਮਰਡਰ ਕਰ ਦਿੱਤਾ ਅਤੇ ਉਸ ਤੋਂ ਬਾਅਦ ਜਿਹੜਾ ਆਪਣਾ ਖੂਨ ਵਗੈਰਾ ਸੀ, ਬਿਸਕਿਟ ਵਗੈਰਾ ਸੀ, ਉਹ ਸਾਰੇ ਸਾਫ਼ ਕਰ ਦਿੱਤੇ ਤਾਂ ਕਿ ਰਿਸ਼ਤੇਦਾਰਾਂ ਨੂੰ ਪਤਾ ਨਾ ਚੱਲੇ ਐਂਡ ਅਗਲੇ ਦਿਨ ਜਦੋਂ ਰਿਸ਼ਤੇਦਾਰਾਂ ਨੇ ਪੁੱਛਿਆ ਕਿ ਭਈ ਇਹ ਤਾਂ ਖੂਨ ਪਿਛਲੇ ਪਾਸੇ ਖੂਨ ਨਿਕਲ ਰਿਹਾ ਹੈ ਅਤੇ ਉਹਨਾਂ ਨੇ ਕਿਹਾ ਕਿ ਇਹਨੂੰ ਇਨਫੈਕਸ਼ਨ ਹੋ ਗਈ ਹੈ, ਇਸ ਕਰਕੇ ਇਹ ਫੁੰਸੀਆਂ ਵਗੈਰਾ ਹੋ ਗਈ ਸੀ ਅਤੇ ਉਹਨਾਂ ਦਾ ਖੂਨ ਹੈ ਅਤੇ ਇਹਨਾਂ ਨੇ ਰਿਸ਼ਤੇਦਾਰਾਂ ਨੂੰ ਗੁੰਮਰਾਹ ਕਰਕੇ ਅਗਲੇ ਦਿਨ ਇਹਦਾ ਸੰਸਕਾਰ ਕਰਵਾ ਦਿੱਤਾ ਅਤੇ ਲੇਕਿਨ ਪੁਲਿਸ ਨੇ ਜਿਹੜੇ ਆਪਣੀ ਡੂੰਘਾਈ ਨਾਲ ਪੜਤਾਲ ਕਰਕੇ ਜੋ ਸੂਆ ਹੈ, ਜੋ ਔਰ ਮਰਡਰ ਦੇ ਵਿੱਚ ਹਥਿਆਰ, ਜੋ ਆਪਣੇ ਤਕੀਏ ਵਗੈਰਾ ਹੈ, ਚਾਦਰਾਂ ਜਿਨ੍ਹਾਂ ਦੇ ਵਿੱਚ ਖੂਨ ਲੱਗਿਆ ਹੋਇਆ ਹੈ, ਉਹ ਸਾਰੀ ਬਰਾਮਦ ਕਰਨੀਆਂ। ਜਿਹੜਾ ਕੰਟਰੈਕਟ ਕਿਲਰ ਰਾਜੇਸ਼ ਰੁਜਿੰਦਰ, ਇਹਦੀ ਅਸੀਂ ਪੜਤਾਲ ਕਰ ਰਹੇ ਹਾਂ ਕਿ ਇਹਦੇ ਖਿਲਾਫ਼ ਕੋਈ ਪੁਰਾਣੇ ਮੁਕੱਦਮੇ ਹੈ ਜਾਂ ਨਹੀਂ, ਲੇਕਿਨ ਇਸ ਕੇਸ ਦੇ ਵਿੱਚ ਇਹਨੇ 3 ਲੱਖ ਰੁਪਏ ਦੇ ਵਿੱਚ ਮਰਡਰ ਕਰਨ ਲਈ ਆਪਣੇ ਆਪ ਨੂੰ ਸੇਵਾ ਦਿੱਤੀ ਸੀ ਅਤੇ 1 ਲੱਖ ਰੁਪਇਆ ਇਹਨੇ ਵਸੂਲ ਵੀ ਕਰ ਲਿਆ। ਇਹ ਆਪਣਾ ਜਿਹੜਾ ਕੰਟਰੈਕਟ ਵਾਲਾ ਸੀ ਉਹ ਇਕੱਲਾ ਸੀ, ਬਾਕੀ ਮਰਨ ਵਾਲੇ ਦੀ ਵਾਈਫ ਸੀ ਅਤੇ ਉਹਦਾ ਜਿਹੜਾ ਬੋਇਫਰੈਂਡ ਸੀ ਜਸਪ੍ਰੀਤ, ਉਹ ਇਹ ਤਿੰਨਾਂ ਨੇ ਮਰਡਰ ਕੀਤਾ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੇ ਨਾਲ RS ਖਾਲਸਾ ਦੀ ਰਿਪੋਰਟ, ਫੋਕਸ.ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।